हाँ जी सर, जरा सर 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 स्लीपर लाइट आ रही है मेरे। सिटी टू इंचार्ज CIA ते SHO इन्हां दी अलग अलग टीम्स का गठन किया गया जी। इन्हां वल्लों इहदे विच 7 बंदे टोटल जिहड़े इस क्राइम नाल कनैक्टेड सी वो अरेस्ट किए गए जी। 4 बंदे जिहड़े डायरैक्टली कनैक्टेड ने, जिन्हां ने वारदात नूं अंजाम दित्ता सी, जिन्हां ने फायरिंग कीती सी, जिहड़े उत्थे मौके ते मौजूद सी, 3 बंदे इहो जिहे उहनां दे नाल अरेस्ट किए गए ने जिन्हां ने इन्हां नूं पनाह दित्ती सी, रखिया सी, उन्हां नूं पता सी कि वारदात करके आए जी, वॉन्टड ने पुलिस वल्लों तां वी उन्हां नूं अपने घर रखिया, उन्हां नूं पनाह दित्ती ते पुलिस नूं इनफॉर्म नहीं किया गया। उन्हां ते सैपरेट परचे दर्ज किए गए ने 212-216 के। तो जिहड़े 4 अक्यूज ने जिहड़े मर्डर नाल डायरैक्टली कनैक्टेड ने, उन्हां नूं अरेस्ट करके 2 32 बोर ते पिस्टल 7 राउंड दे नाल ਅਤੇ 315 ਬੋਰ ਦਾ ਦੇਸੀ ਕੱਟਾ, ਜਿਸ ਦੇ ਨਾਲ 4 ਰਾਊਂਡ ਉਹ ਅਰੈਸਟ ਕੀਤੇ ਗਏ। ਸੋ ਇਹਨਾਂ ਦੀ ਪੁੱਛਗਿੱਛ 'ਚ ਜਿਹੜਾ ਹਜੇ ਤੱਕ ਆਇਆ ਹੈ, ਉਸ ਦਿਨ 2 ਗੁੱਟ ਦੀ ਆਪਸ 'ਚ ਕੋਈ ਲੜਾਈ ਹੋਈ ਸੀ, ਜਿਹਨੂੰ ਬੇਸਿਕਲੀ ਸੁਲਝਾਉਣ ਵਾਸਤੇ ਭਿੰਦਾ ਉੱਥੇ ਗਿਆ ਸੀ, ਪਰ ਭਿੰਦੇ ਨਾਲ ਕਿਉਂਕਿ ਇਹਨਾਂ ਦੀ ਪੁਰਾਣੀ ਰੰਜਿਸ਼ ਚੱਲਦੀ ਸੀ ਪਿਛਲੇ 3-4 ਮਹੀਨੇ ਤੋਂ, ਉਹਨੂੰ ਦੇਖ ਕੇ ਇਹ ਉਹਨਾਂ ਨਾਲ ਵੀ ਉਲਝ ਪਏ ਅਤੇ ਭਿੰਦੇ ਦੇ ਉੱਪਰ ਫਾਇਰ ਕੀਤਾ, ਜਿਹਦੇ 'ਚੋਂ ਇੱਕ ਫਾਇਰ ਉਹਦੀ ਬੈਕ ਸਾਈਡ 'ਤੇ ਸ਼ੋਲਡਰ 'ਤੇ, ਲੈਫਟ ਸ਼ੋਲਡਰ 'ਤੇ ਲੱਗਾ ਸੀ, ਜਿਹਦੇ ਕਰਕੇ ਉਹਦੀ ਡੈਥ ਹੋਈ। ਸੋ ਜਿਹੜੇ ਬਾਕੀ ਇਹਦੇ 'ਚ ਅਕਿਊਜ਼ ਨੇ ਉਹਨਾਂ ਨੂੰ ਅਰੈਸਟ ਕਰਨ ਵਾਸਤੇ ਸਾਡੀਆਂ ਟੀਮਸ ਕੰਟੀਨਿਊਸ ਰੇਡ ਕਰ ਰਹੀਆਂ ਅਤੇ ਜਲਦੀ ਉਹ ਵੀ ਅਰੈਸਟ ਕਰ ਰਹੇ ਹਨ। ਕੱਟਾ ਜਿਹੜਾ ਦੇਸੀ ਕਿੱਥੋਂ ਲਿਆਈ ਸੀ, ਕਿੱਥੋਂ ਇਹ ਅਜੇ ਇਨਵੈਸਟੀਗੇਸ਼ਨ 'ਚ ਆਊਗਾ, ਅੱਜ ਇਹਨਾਂ ਨੂੰ ਪੇਸ਼ ਕਰਾਂਗੇ ਕੋਰਟ 'ਚ, ਕੋਰਟ 'ਚ ਪੇਸ਼ ਕਰਕੇ ਉਸ ਤੋਂ ਬਾਅਦ ਇਹਦਾ ਸੋਰਸ ਐਸਟੈਬਲਿਸ਼ ਕੀਤਾ ਜਾਊਗਾ। ਚੰਨੀ ਜੀ ਮੋਬਾਈਲ ਪਿੱਛੇ ਕਰ ਲਓ, ਮੋਬਾਈਲ ਵਿੱਚ ਜੇ ਤਾਂ ਡਾਇਰੈਕਟਲੀ ਲੈ ਕੇ ਆਏ ਹੋਣਗੇ ਥੋੜ੍ਹਾ ਪਿੱਛੇ ਕਰ ਲਓ, ਬੰਦਾ ਮੋਬਾਈਲ ਪਿੱਛੇ ਕਰ ਲਓ, ਹੋਰ ਪਿੱਛੇ ਜੇ ਕਿਸੇ ਦੇ ਥਰੂ ਵੈਪਨ ਆਏ ਹੋਣ, ਚਾਹੇ ਉਹ ਜੇਲ੍ਹ 'ਚ ਹੋਵੇ ਚਾਹੇ ਉਹ ਬਾਹਰ ਹੋਵੇ, ਉਹਨੂੰ ਅਕੋਰਡਿੰਗਲੀ ਨੋਮੀਨੇਟ ਕੀਤਾ। ਇਹਨਾਂ ਦੇ ਪਹਿਲੇ ਪਹਿਲੇ ਹੀ ਪਿੱਛੇ ਆ ਜੀ, ਪਹਿਲਾਂ ਹੈਗੇ ਨਾ, ਤੇ ਜਿਹੜੇ 3 ਬੰਦੇ ਅਰੈਸਟ ਕੀਤੇ ਗਏ ਨੇ ਪਨਾਹ ਵਾਲੇ, ਉਹਨਾਂ 'ਚੋਂ 2 ਤੇ ਪਰਚੇ ਦਰਜ ਨੇ, ਤੇ ਜਿਹੜੇ ਇਹ 4 ਜਿਹੜੇ ਡਾਇਰੈਕਟਲੀ ਕਨੈਕਟਡ ਨੇ, ਇਹਨਾਂ 'ਚੋਂ ਇੱਕ ਨਵੀਂ ਹੈਗਾ ਜਿਹਦੇ 'ਤੇ ਪਹਿਲਾਂ ਇੱਕ ਪਰਚਾ ਦਿੱਤਾ 2020 ਦਾ ਥਾਣਾ ਪਸਿਆਣਾ। ਜਿਹੜੇ ਬਾਕੀ 3 ਅਰੈਸਟ ਹੋਏ ਨੇ ਇਹਦੇ 'ਚ, ਉਹਨਾਂ 'ਤੇ ਕੋਈ ਵੀ ਪਰਚਾ ਪਹਿਲਾਂ ਦਰਜ ਨਹੀਂ। ਸਰ ਯੂਨੀਵਰਸਿਟੀ 'ਚ ਪੜ੍ਹਦੇ ਸੀਗੇ, ਨੇੜੇ ਰਹਿੰਦੇ ਵੀ ਸੀਗੇ, ਸੋ ਇੱਕ ਜਿਹੜਾ BA ਕਰ ਚੁੱਕਾ ਹੈ, ਇੱਕ MA ਕਰ ਚੁੱਕਾ ਹੈ, ਇੱਕ ਨੇ +2 ਕੀਤੀ ਹੈ, ਇੱਕ 10ਵੀਂ ਪਾਸ ਹੈ। ਸੋ ਜਿਹੜੇ BA MA ਨੇ ਉਹ ਯੂਨੀਵਰਸਿਟੀ ਤੋਂ ਪੜ੍ਹੇ ਹੋਏ ਨੇ, ਬਟ ਇਸ ਵੇਲੇ ਪ੍ਰੋਪਰ ਹੋਈ ਸਰ।